ਮਾਫੀਆ ਜਿਹੜਾ ਸ਼ਰਾਬ ਵਾਲਾ ਮਾਫੀਆ ਹੈ, ਇਹਨਾਂ ਨੇ ਜਾ ਕੇ ਮਾਨਸਾ ਦੇ ਅੰਦਰ ਉਸ ਲਖਵਿੰਦਰ ਸਿੰਘ 20 ਸਾਲ ਦੇ ਬੱਚੇ ਦੇ ਅੰਗ ਕੱਟੇ। ਉਸੇ ਸ਼ਰਾਬ ਮਾਫੀਆ ਨੇ ਮੁਕਤਸਰ ਦੇ ਅੰਦਰ ਜਾ ਕੇ ਉਸ ਅਜੇ ਬੱਚੇ ਦੇ ਅੰਗ ਕੱਟੇ। ਤੇ ਸਭ ਤੋਂ ਵੱਡੀ ਸਾਰਿਆਂ ਦਾ ਤੁਹਾਨੂੰ ਬੇਨਤੀ ਆ ਵੀ ਤੁਸੀਂ ਇਹ ਸਾਨੂੰ ਆਸ਼ੀਰਵਾਦ ਦੇ ਕੇ ਸਾਨੂੰ ਉਰੇ ਤਕੜਾ ਕਰਕੇ ਸਾਨੂੰ ਉਰੇ ਬਿਠਾਓ। ਸੀਐਲਪੀ ਲੀਡਰ ਨੇ, ਜਾਖੜ ਸਾਹਿਬ ਨੇ, ਸਾਰੀ ਪਾਰਟੀ ਆ, ਇਹਨਾਂ ਨੂੰ ਹੁਕਮ ਕਰੋ ਤੇ ਲਗਾਤਾਰ ਜਿਸ ਤਰੀਕੇ ਨਾਲ ਵੀ ਆਸ਼ਾ ਕੁਮਾਰੀ ਜੀ ਤੋਂ ਚੱਲਦੇ ਵਿੱਚ ਉਹ ਪੈਸੇ ਦੀ ਹੈ, ਲੇਕਿਨ ਉਹ ਆਪ ਡਾਇਰੈਕਟ ਕਰੇ ਔਰ ਉਹਨਾਂ ਦੀ ਪ੍ਰੋਟੈਕਸ਼ਨ ਕਰੇ, ਇਹ ਬਿਲਕੁਲ ਗਲਤ ਬਾਤ। ਸੋ ਇਹ ਗਦਲ ਸੀ ਇੱਕ, ਹੁਣ ਤੁਸੀਂ ਕੁਛ ਚੱਲਣ ਦੋ ਵੀ ਹੈ ਬੋਲੇਗਾ ਮਿਕਸਡ ਅਪ ਸਰ। ਅੱਛਾ ਹੁਣ ਇਹ ਹੈ ਕਿ ਇਸਮੇ ਪਹਿਲੀ ਬਾਤ ਤੋਂ ਜੋ ਐਸਪੀ ਨੇ ਉਨਕਾ ਸਾਥ ਦਿਆ ਉਸਕੋ ਡਿਸਮਿਸ ਵਹਾਂ ਸੇ ਕੀਆ ਜਾਏ, ਉਨਕੋ ਨਿਕਾਲਾ ਜਾਏ, ਕਹੇ ਜਹਾਂ ਮਰਜ਼ੀ ਜਾਏ ਉਸਕੋ। ਦੂਸਰਾ, ਜਿਸ ਆਦਮੀ ਨੇ ਯਹਾਂ ਇਨਕਾ ਲੀਡ ਕੀਆ, ਜਿਸਕੋ ਪਕੜ ਕੇ ਇਹਨਾਂ ਨੇ ਪੁਲਿਸ ਕੋ ਹੈਂਡਲ ਕੀਆ, ਉਨਕਾ ਹਲਕਾ ਇੰਚਾਰਜ ਹੈ, ਉਸ ਪੇ ਕੇਸ ਨਹੀਂ ਕੀਆ। ਹਮਾਰੇ ਪਾਂਚੋਂ ਪੇ ਕਰ ਦਿਆ ਕੇਸ, ਉਸ ਪੇ ਕੇਸ ਹੋਣਾ ਚਾਹੀਏ ਔਰ ਹਮਾਰੇ ਕੇਸ ਵਿਡਰਾਅ ਹੋਣੇ ਚਾਹੀਏ। ਹਮਨੇ ਨਹੀਂ ਵਾਰ ਕੀਆ, ਵਾਰ ਉਹਨਾਂ ਨੇ ਕੀਆ ਹੈ, ਤੋ ਵੋ ਹੈ ਦੋਸ਼ੀ, ਹਮ ਨਹੀਂ ਹੈ ਦੋਸ਼ੀ, ਹਮਾਰੇ ਪੇ ਤੋ ਵਾਰ ਹੁਆ ਹੈ, ਐਂਡ ਦੈਟ ਇਜ਼ ਨਾਟ ਐਕਸੈਪਟੇਬਲ, ਟੋਟਲੀ ਅਨਐਕਸੈਪਟੇਬਲ ਹੈ। ਔਰ ਤੀਸਰੀ ਬਾਤ ਹੈ ਕਿ ਇਹ ਜੋ ਦੀ ਓਵਰਆਲ ਇੰਚਾਰਜ ਇਜ਼ ਦੀ ਪੁਲਿਸ ਕਮਿਸ਼ਨਰ, ਦ ਆਰ ਪਾਰਟੀ ਵਾਂਟਸ ਦੈਟ ਹੀ ਸ਼ੁਡ ਬੀ ਸ਼ਿਫਟਡ ਫਰੋਮ ਦੇਅਰ। ਦਿਸ ਇਜ਼ ਸਿੰਬੋਲਿਕ, ਹੀ ਵੈਦਰ ਹੀ ਸਿਟਸ ਇਨ ਦੇਅਰ ਔਰ ਹੀ ਡਜ਼ਨਟ ਸਿਟ ਇਨ ਦੇਅਰ, ਦਿਸ ਇਜ਼ ਦ ਚੀਫ ਮਿਨਿਸਟਰਸ ਹਾਊਸ, ਐਂਡ ਆਰ ਪੀਪਲ ਵਿਲ ਸਿਟ ਹੇਅਰ ਟਿਲ ਹੀ ਕਮਸ ਬੈਕ। ਹੀ ਹੈਜ਼ ਟੂ ਕਮ ਥਰੂ ਦਿਸ ਗੇਟ ਓਨਲੀ ਅਨਲੈਸ ਹੀ ਗੋਟ ਅ ਬੈਕ ਗੇਟ ਸਮਵੇਅਰ, ਦੈਨ ਜਬ ਆਏਗੇ ਤੋ ਹਮ ਦੇਖੇਂਗੇ। ਨਹੀਂ ਮੰਨੇਗੀ ਤਾਂ ਫਿਰ ਦੇਖੀ ਜਾਓ, ਹੈਵ ਐਵਰੀਥਿੰਗ ਵਿਦ ਅਸ, ਸਾਨੂੰ ਪਤਾ ਹੈ, ਸਾਨੂੰ ਇਹ ਵੀ ਪਤਾ ਕਿਹਨੇ ਕੀਤਾ ਹੈ, ਕਿਸੇ ਤੇ ਹੱਥ ਨਹੀਂ ਪਾ ਰਿਹਾ ਪ੍ਰਕਾਸ਼ ਸਿੰਘ ਬਾਦਲ। ਹੂਐਵਰ ਇਟ ਇਜ਼, ਹੂ ਇਜ਼ ਕੰਟਰੋਲਿੰਗ ਦ ਇਲਿਸਿਟ ਮਾਫੀਆ, ਹੂ ਇਜ਼ ਕੰਟਰੋਲਿੰਗ ਦ ਲਿਕਰ ਬਿਜ਼ਨਸ, ਇਟ ਇਜ਼ ਦੈਮ। ਸੋ ਵੈਦਰ ਯੂ ਬਲੇਮ ਦ ਇਲਿਸਿਟ ਮਾਫੀਆ ਔਰ ਨਾਟ, ਦੀ ਮੈਨ ਹੂਜ਼ ਔਨ ਟੋਪ ਇਜ਼ ਦੀ ਅਕਾਲੀਜ਼, they are responsible, they their job to control the illicit mafia, whoever it is, they are the ones who are controlling the entire trade. Yes, they are controlling sharab, they are controlling buses, they are controlling television, even you television are controlled by them, you are through that cable, and then there is what are else, reta bajri, koi cheez dasyo jehdi vich they are not controlling, sirf sade mind nahi control kar rahe, baki sab kuch hi control kar rahe।